ਜੇ ਤੁਸੀਂ ਹੁਣ ਦਬਕੇ ਮਾਰਨ ਡੇ ਪੰਜਾਬ ਦੇ ਜਿਹੜਾ ਫੈਡਰਲ ਢਾਂਚੇ ਦੀ ਗੱਲ ਆ ਉਹ ਨਾ ਕਰਿਆ ਕਰੀਏ, ਨਹੀਂ ਕਰਨੀ ਚਾਹੀਦੀ, ਅਸੀਂ ਕਦੋਂ ਡੱਕਦੇ ਫਿਰ ਆਮ ਆਦਮੀ ਆਪ ਕਰਦੇ ਯਾਰ, ਆਮ ਆਦਮੀ ਪਾਰਟੀ ਵਿੱਚ ਆਪ ਕਰਦੇ ਆ ਆਪ ਬੇਲੇ ਆ ਤੁਸੀਂ ਕਰਦੇ ਹੋ ਨਾ, ਫਿਰ ਇੱਕ ਸਵਾਲ ਦਾ ਜਵਾਬ ਦਿਓ। ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਚੰਡੀਗੜ੍ਹ ਚੱਲੇ ਸੀਗੇ 21 ਅਗਸਤ 2023 ਨੂੰ। ਅੱਛਾ, ਮੇਰੇ ਘਰੇ ਪੁਲਿਸ ਗਈ, ਇਹਨਾਂ ਦੇ ਵੀ ਗਈ, ਭੰਦੇਰ ਨੂੰ ਚੱਕ ਲਿਆ, 300 ਬੰਦਾ ਸਾਡਾ ਪੰਜਾਬ ਪੁਲਿਸ ਨੇ ਚੱਕਿਆ, ਮੰਤਰੀ ਸਾਹਿਬ ਨੂੰ ਇਸ ਗੱਲ ਦਾ ਨਹੀਂ ਪਤਾ, ਗੱਲ ਤਾਂ ਸੁਣੋ ਨੇਤਾ ਜੀ, ਗੱਲ ਤਾਂ ਸੁਣੋ, ਜੇ ਟੋਲ ਪਲਾਜ਼ੇ ਬੰਦ ਰਹੇ, ਜੇ ਤੁਸੀਂ ਉੱਥੇ ਧਰਨੇ ਦਿੱਤੇ ਆਪਣਾ ਪ੍ਰੋਟੈਸਟ ਕੀਤਾ, ਕਿਸੇ ਨੇ ਕਿਹਾ ਕੁਛ ਜਾਵਾਂਗੇ ਹਾਈਕੋਰਟ ਦੇ ਪੌਦੇ ਉੱਥੇ ਕੁਛ ਨੀ ਨਸ਼ੇ ਦੇ ਆਦੋ ਜਿਹੜੀ ਗੱਲ ਨਹੀਂ ਕਰ ਸਕਦੇ ਹਾਈ ਕੋਰਟ ਦੇ ਆਰਡਰ ਆ। ਚਲੋ ਇੱਕ ਮਿੰਟ ਚਲੋ ਹਾਈ ਕੋਰਟ ਦੇ ਆਰਡਰ ਆ ਗਏ ਵੀ ਰੇਤ ਨੇ, ਕਿਉਂਕਿ ਇਸ ਕਰਕੇ ਹੋ ਗਈ ਕਿਉਂਕਿ ਹਾਈ ਕੋਰਟ ਨੇ ਬੰਦ ਕਰਤਾ, ਤੁਸੀਂ ਹਾਈ ਕੋਰਟ ਨੇ ਮੰਨੀ ਹੁੰਦਾ ਸਰ, ਨਹੀਂ ਤੁਹਾਡਾ ਤੁਹਾਡੀ ਪਾਲਿਸੀ ਨਹੀਂ ਮੰਨੀ, ਅਸੀਂ ਸੁਪਰੀਮ ਕੋਰਟ ਦੇ ਆਰਡਰ ਦਿਖਾਉਂਦੇ ਹਾਂ ਜਿਹਦੇ ਵਿੱਚ ਉਹਨਾਂ ਕਿਹਾ ਵੀ 100 ਰੁਪਇਆ ਪਰ ਕੁਇੰਟਲ ਪਰਾਲੀ ਵਾਸਤੇ ਦਿੱਤਾ ਜਾਵੇ ਕਿਸਾਨ ਨੂੰ, ਉਦੋਂ ਨਹੀਂ ਆਪਾਂ ਸੁਪਰੀਮ ਕੋਰਟ ਦੇ ਆਰਡਰ ਮੰਨਦੇ, ਇੱਧਰ ਤਾਂ ਝੱਟ ਮੰਨ ਗਏ। ਅਸੀਂ ਪਾਲਿਸੀ ਬਣਾਈ ਸੈਂਡ ਰੇਤ ਦੇ ਉੱਤੇ, ਸਾਡੀ ਪਾਲਿਸੀ ਦੇ ਉੱਤੇ ਪਾਬੰਦੀ ਲਾ ਦਿੱਤੀ ਉਹਨਾਂ ਨੇ ਕਿ ਤੁਸੀਂ ਨਹੀਂ ਲਾ, ਮੰਨ ਗਏ ਤੁਹਾਡੀ ਗੱਲ ਆ ਗਈ ਸਮਝ ਆ ਗਈ ਤੁਹਾਡੀ ਗੱਲ ਜੀ, ਹੁਣ ਸੁਪਰੀਮ ਕੋਰਟ ਨੇ ਕਿਹਾ ਹਾਈ ਕੋਰਟ ਨੇ ਕਿਹਾ ਅਸੀਂ ਨਹੀਂ ਕਰ ਸਕਦੇ। ਰਵੀ ਦਰਿਆ ਦੇ ਉੱਤੇ ਪਹੁੰਚ ਸਾਨੂੰ 5 ਕਿਲੋਮੀਟਰ ਦੇ ਵਿੱਚ ਨਾ ਮਾਇਨੇ ਕਰਦੇ ਨੇ ਨਾ ਸਾਡੇ ਪਰਮਿਟ ਉਹਨਾਂ ਨੇ ਰੋਕ ਕੇ ਰੱਖੇ, ਸਾਡਾ ਜੇ ਰਵੀ ਦਰਿਆ ਖੁੱਲ੍ਹੇ ਅੰਮ੍ਰਿਤਸਰ ਤੋਂ ਲੈ ਕੇ ਪਠਾਨਕੋਟ ਤੱਕ ਕਿੱਥੇ ਕੋਈ ਸਰਕਾਰੀ ਖੱਡ ਨਹੀਂ ਆਈ, ਸਮਝਦੇ ਉਹ ਇਸੇ ਕਰਕੇ ਇੱਕ ਫੌਜ ਨੇ NOC ਨਹੀਂ ਦਿੱਤੀ, ਇੱਕ ਹਾਈਕੋਰਟ ਦਾ ਵਿੱਚ ਪਰ ਇਹ ਤੁਹਾਨੂੰ ਇਸ ਚੀਜ਼ ਦੀ ਪਹਿਲੇ ਜਾਣਕਾਰੀ ਨਹੀਂ ਸੀ ਹੈਗੀ ਆਪਾਂ ਨੂੰ, ਜਾਣਕਾਰੀ ਸੀਗੀ ਤਾਂ ਫਿਰ ਅਸੀਂ ਪਹਿਲਾਂ ਵਾਅਦਾ ਕਿਉਂ ਕੀਤਾ ਕੀ ਸਵਾਲ ਪਿੱਛੋਂ 2-3 ਵਾਰੀ ਆਇਆ ਕਿ ਪੰਜਾਬ ਜਿਹੜੀ ਸਰਕਾਰ ਆ ਉਹਦੇ ਪਿੱਛੇ ਜਿਹੜੇ ਹੈਗੇ ਸੀਗੇ ਮੰਤਰੀ ਸੀਗੇ ਜਿਹੜੇ ਅੱਜ ਆਪਣੇ ਕੋਲ ਪੰਜਾਬ ਸਰਕਾਰ ਦੇ ਵਿੱਚ ਗਗਨ ਅਨਮੋਲ ਅਨਮੋਲ ਮਾਨ, ਹਾਂਜੀ ਉਹਨਾਂ ਦਾ ਕਹਿਣਾ ਸੀਗਾ, ਚਲੋ ਇਹ ਮੀਡੀਆ 'ਚ ਬੜਾ ਚੱਲਦਾ ਚੁਟਕੀ ਵਾਲੀ MSP ਵਾਲੇ ਬੰਦੇ ਉਹ ਮੈਂ MSP ਸਾਰੀ ਉਹਨਾਂ ਦੇਣੀ ਆ, ਅਸੀਂ ਤੇ ਹੱਕ 'ਚ ਆ MSP ਦੋ ਵੀ, ਅਸੀਂ ਤੇ ਗੱਲ ਦੇ ਹੱਕ 'ਚ ਨਹੀਂ, ਕੇਰਲ ਨੇ ਦਿੱਤੀ ਹੋਈ ਕੇਰਲ ਦੀ ਪਾਲਿਸੀ ਦੇ ਦਿੱਤੀ ਹੈ,
ਜਿਹੜੀਆਂ ਚੀਜ਼ਾਂ ਖਰੀਦਾਂ ਦੀ ਉਹ ਜਾਣਗੀਆਂ ਕਿੱਥੇ। ਇਸ ਕਰਕੇ ਸੈਂਟਰ ਨੂੰ ਇਨਵੋਲਵ ਕਰਨਾ ਚਾਹੁੰਦੇ, ਜੇ ਝੋਨਾ ਕਣਕ ਆ ਜਿਹੜੀਆਂ ਚੀਜ਼ਾਂ ਤੇ ਹੈਗੀ ਆ ਉਹਨਾਂ ਨੂੰ ਇਨਵੋਲਵ ਕੀਤਾ ਕਿ ਸਾਡਾ ਮਾਲ ਚੁੱਕਣਾ ਕਿਤੇ ਸਮਝਦੇ ਕਿ ਨਹੀਂ। ਜੇ ਸਾਡਾ ਮਾਲ ਕਿਤੇ ਚੁੱਕਿਆ ਨਾ ਇੱਕ ਤਰਫਾ ਰਹਿ ਗਿਆ ਉਹ ਸਾਡੇ ਕਿੱਥੇ ਜਾਵਾਂਗੇ। ਮੈਂ ਕਹਿੰਦਾ ਜੀ ਕੀ ਤੁਸੀਂ ਇੱਕ ਮਿੰਟ ਪੂਰੇ ਵਰਲਡ ਦੇ ਵਿੱਚ ਫੂਡ ਕ੍ਰਾਈਸਿਸ ਮੰਨਿਆ ਜਾ ਰਿਹਾ, ਕੀ ਤੁਸੀਂ ਇਹ ਚੀਜ਼ ਵੇਖਦੇ ਜੇ ਕਿ ਜਿਹੜੇ ਤਰੀਕੇ ਦੇ ਨਾਲ ਪਾਕਿਸਤਾਨ ਨੂੰ ਆਪਣਾ ਲਾਂਘਾ ਬੰਦ ਕੀਤਾ ਹੋਇਆ ਵਾ ਇਹਦੇ ਵਾਸਤੇ ਵਪਾਰ ਵਾਸਤੇ, ਉਹ ਖੁੱਲਣਾ ਚਾਹੀਦਾ? ਰੋਜ਼ ਬੋਲਦਾ ਖੁੱਲਣਾ ਚਾਹੀਦਾ, ਬਿਲਕੁਲ ਖੁੱਲਣਾ ਚਾਹੀਦਾ। ਮੈਂ ਰੋਜ਼ ਬੋਲਦਾ ਸਾਡਾ ਟ੍ਰੇਡ ਬੰਦ ਹੋ ਗਿਆ, ਖੁੱਲਣਾ ਚਾਹੀਦਾ, ਸਾਡਾ ਕਿਸਾਨਾਂ ਦਾ ਨੁਕਸਾਨ ਹੋ ਗਿਆ, ਅੰਮ੍ਰਿਤਸਰ ਦੀ ਬਜੀਟ ਬੰਦੀ ਬੰਦ ਹੋ ਗਈ, ਪਿੱਛੋਂ ਨਸ਼ੇ ਦਾ ਸਵਾਲ ਆ ਰਿਹਾ, ਸਮਗਲਰ ਪੋਲੀਟੀਕਲ ਬੰਦੇ ਪੁਲਿਸ ਅਫਸਰ ਜਿਹੜਾ ਕਨੈਕਸ਼ਨ ਸੀਗਾ ਉਹੀ ਧੂਲ। ਸਾਡੀ ਮੇਨ ਪ੍ਰੋਬਲਮ ਕੀ ਆ ਰਹੀ? ਡਰੋਨ। ਸਾਡਾ ਡਰੋਨ ਜਿਹੜਾ ਫਿਰੋਜ਼ਪੁਰ ਤੋਂ ਲੈ ਕੇ ਪਠਾਨਕੋਟ ਤੱਕ ਰੋਜ਼ ਦੇ 10-10 ਡਰੋਨ ਆਉਂਦੇ ਆ। ਅਸੀਂ ਕਈ ਮੀਟਿੰਗਾਂ ਅੰਮ੍ਰਿਤ ਸ਼ਾਹ ਦੇ ਨਾਲ, ਸੀ ਐੱਮ ਸਾਹਿਬ ਨੇ, ਸਾਡੇ ਸੈਕਟਰੀ ਡੀ ਜੀ ਪੀ ਕਈ ਹੋਈਆਂ। ਇੱਕ ਹੁਣ ਉਹਨਾਂ ਨੇ ਸਾਨੂੰ ਜੈਸ ਕੀਤਾ ਕਿ ਜਪਾਨ ਤੋਂ ਇੱਕ ਟੈਕਨੋਲੋਜੀ ਮੰਗਾ ਕੇ ਦੇਣ ਲੱਗੇ ਆ, ਜਿੰਨਾ ਵੇਖੋ ਤੁਸੀਂ ਭਰਾ ਜੇ ਉਹ ਲਾਈਵ ਵੀ ਆ, ਜਿੰਨਾ ਚਿਰ ਤੱਕ ਡਰੋਨ ਨਾਲ ਡੱਕਿਆ ਗਿਆ ਉਹਨਾਂ ਚਿਰ ਤੱਕ ਨਸ਼ੇ 'ਤੇ ਕੰਟਰੋਲ ਕਰਨਾ ਬਹੁਤ ਔਖਾ ਹੋਇਆ ਪਿਆ। ਅਸੀਂ ਜਿਹੜਾ ਬਾਅਦ ਹੁੰਦਾ ਸੀ ਉਹ ਜਾਂਦਾ ਕਿੱਥੇ ਜੇ ਉਹ ਇਹਨਾਂ ਫੜਿਆ ਜਾਂਦਾ ਰੇਤਾ ਵਾਲਾ ਦਾਵਾ ਇਹਨਾਂ ਦਾ ਉਹ ਇਹਨਾਂ ਦੀ ਜਾਣਕਾਰੀ ਤੋਂ ਬਾਹਰ ਸੀ, ਜਿਹੜਾ ਐਮਐਸਪੀ ਵਾਲਾ ਦਾਵਾ ਸੀਗਾ ਇਹਨਾਂ ਦੀ ਜਾਣਕਾਰੀ ਤੋਂ ਬਾਹਰ। ਪਹਿਲੀ ਗੱਲ ਸੁਣੋ, ਦੋ ਸਾਲ ਦੇ ਵਿੱਚ ਜਿਹੜੇ ਕੰਮ ਕੀਤੇ ਉਹ ਵੀ ਗੌਰ ਪੰਜਾਬ ਸਭ ਦੀ ਬਿਜਲੀ ਮਾਫ਼ ਕੀਤੀ, ਮੱਲਾ ਕਲੀਨਿਕ ਬਣਾ ਦੇ, ਸਕੂਲ ਬਣਾ ਦੇ, ਅਜੇ 3 ਸਾਲ ਬਾਕੀ ਹੈ ਸਰ, ਵੋਟਾਂ 5 ਸਾਲ ਦੀ ਪਾਈਆਂ ਲੋਕਾਂ ਦੀ, 2 ਸਾਲ ਦੀ ਨਹੀਂ ਪਾਈ, ਅਸੀਂ ਉੱਥੇ ਕੰਮ ਕਰ ਰਹੇ। ਜਿਹੜੀ ਪ੍ਰਿੰਸੀਪਲ ਦੀ ਗੱਲ ਹੈ ਨਾ, ਤੁਸੀਂ ਬਹਿਸ ਕਰਨ ਦੀ ਲੋੜ, ਪ੍ਰਿੰਸੀਪਲ ਇਹ ਹੈ ਕਿ ਜਿਹੜੀਆਂ ਮੰਗਾਂ ਤੁਹਾਡੀਆਂ ਉਹਦੇ ਨਾਲ ਹੀ ਸਹਿਮਤ ਆ, ਅਸੀਂ ਉੱਥੇ ਲੜਾਈ ਲੜ ਰਹੇ ਹਾਂ, ਅਜੇ 3 ਸਾਲ ਸਾਡੇ ਕੋਲ ਬਾਕੀ ਆ, ਜਦੋਂ ਅਸੀਂ 27 ਜਾਵਾਂਗੇ ਨਾ ਲੋਕਾਂ ਕੋਲ, ਵੇਖੋ ਜੋ ਅਸੀਂ ਕਹਿ ਰਹੇ ਹਾਂ, ਸਾਡਾ ਪੱਖ ਤੁਹਾਡਾ ਪੱਖ ਆ ਗਿਆ ਕਿ ਤੁਸੀਂ ਕਿਹਾ ਵੀ ਬਿਜਲੀ ਫ੍ਰੀ ਦਿੱਤੀ ਆ, ਅਸੀਂ ਕਹਿੰਦੇ ਬਿਜਲੀ ਫ੍ਰੀ ਦੇਣੀ ਗਲਤ ਚੀਜ਼ ਆ, ਬਿਜਲੀ ਸਸਤੀ ਮਿਲਣੀ ਚਾਹੀਦੀ ਆ, ਬਿਜਲੀ ਫ੍ਰੀ ਨਹੀਂ ਦੇ ਰਹੇ ਤੁਸੀਂ, ਤੁਸੀਂ ਲੋਕਾਂ ਦਾ ਪੈਸਾ ਟੈਕਸ ਦੇ ਰੂਪ ਵਿੱਚ ਫੰਡ ਉੱਥੇ ਜਮ੍ਹਾਂ ਤਾਂ ਸਰਕਾਰ ਕੋਲ, ਉੱਧਰੋਂ ਚੱਕ ਕੇ ਪ੍ਰਾਈਵੇਟ ਕੰਪਨੀਆਂ ਦਿੱਤਾ ਜਾ ਰਿਹਾ, ਬਿਜਲੀ ਬਿਜਲੀ ਕੋਈ ਨਹੀਂ ਫ੍ਰੀ, ਇੱਥੇ ਮੇਰਾ ਕੋਈ ਭੋਲਾ ਭੋਲਾ ਸਾਥੀ ਮੇਰੇ ਵਰਗਾ ਸਮਝੀ ਜਾਵੇ ਬਿਜਲੀ ਫ੍ਰੀ, ਸਾਡਾ ਹੀ ਸਾਡੀਆਂ ਇੱਕ ਜੇਬ ਚੋਂ ਕੱਢ ਕੇ ਦੂਜੀ ਜੇਬ ਥਾਣੀ ਪੈਸਾ ਪਾ ਕੇ ਕੰਮ ਕੀਤਾ ਜਾ ਰਿਹਾ, ਅਸੀਂ ਪੱਤੀਆਂ ਫ੍ਰੀ ਨਹੀਂ ਧੱਕੇ ਨਾਲ ਲੋਕਾਂ ਦੇ ਘਰਾਂ ਚਲਾਈ ਜਾ ਰਹੇ।